ਸਮਾਗਮ ਸ਼ੁਰੂ ਹੋਣ ਜਾ ਰਿਹਾ ਹੈ। ਜੱਜ ਸਾਹਿਬਾਨ ਲਈ ਜਾਣਕਾਰੀ ਹੈ ਕਿ 5 ਤੋਂ 7 ਮਿੰਟ ਦਾ ਸਮਾਂ ਹੈ। 5 ਮਿੰਟ ਬੈੱਲ ਵੱਜੇਗੀ, ਵਾਰਨਿੰਗ ਬੈੱਲ ਵੱਜੇਗੀ। ਘੱਟ ਤੋਂ ਘੱਟ ਸਮਾਂ 5 ਮਿੰਟ, ਵੱਧ ਤੋਂ ਵੱਧ ਸਮਾਂ 7 ਮਿੰਟ। 5 ਤੋਂ 7 ਮਿੰਟ ਦਾ ਸਮਾਂ ਹੋਏਗਾ ਵਾਰ ਗਾਇਨ ਦੇ ਲਈ। ਗੁਰੂ ਪਿਆਰੇ ਖਾਲਸਾ ਜੀ, ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦਾ ਬਖਸ਼ਿਆ ਹੋਇਆ ਨਾਰਾ ਕਰੋ ਜੀ ਬੁਲੰਦ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੁਸਲਮਾਨ ਕਵੀ ਅੱਲਾ ਯਾਰ ਖਾ ਜੋਗੀ ਰਹਿਮਾਨੀ ਆਪਣੀ ਪੁਸਤਕ ਗਣ ਕੇ ਸੀਤਾ ਵਿੱਚ ਇਉਂ ਲਿਖਦਾ ਹੈ, ਬਸ ਇਹ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਯਹਾਂ ਬਾਪ ਨੇ ਕਟਾਏ ਬੇਟੇ ਖੁਦਾ ਕੇ ਲੀਏ, ਚਮਕ ਹੈ ਮਹਿਰ ਦੀ ਚਮਕੋ ਤੇਰੇ ਸਰੋਂ ਮੇ, ਯਹੀ ਸੇ ਸਤਾਰੇ ਬਣ ਕੇ ਗਏ ਸ਼ਮਾ ਕੇ ਲੀਏ। ਖਾਲਸਾ ਜੀਓ, ਗੱਲ ਉਸ ਵੇਲੇ ਦੀ ਹੈ ਜੋ ਚਮਕੌਰ ਦੀ ਗੜੀ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ 2 ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਨੂੰ ਬਾਹਰੋਂ 10 ਲੱਖ ਮੁਗਲ ਪਠਾਣੀ ਫੌਜਾਂ ਨੇ ਘੇਰਾ ਪਾ ਲਿਆ। ਇੰਨੀ ਤਕੜੀ ਫੌਜ ਤੇ ਸਿੰਘ ਬਸ ਗਿਣਤੀ ਦੇ 40, ਉਹ ਵੀ ਕੋਈ ਫੱਟੜ ਤੇ ਕਈਆਂ ਚਿਰਾਂ ਤੋਂ ਭੁੱਖਣ ਪਾਣੇ, ਪਰ ਆਪਣੇ ਚੌਜੀ ਪ੍ਰੀਤਮ ਦੀ ਰਜ਼ਾ ਪਿਆਰ ਅਤੇ ਸਿਰਕ ਦੇ ਰੱਜੇ ਮਰਜੀਵੜੇ ਸਿੰਘਾਂ ਨੇ ਉਹਨਾਂ ਦਾ ਸਾਥ ਨਾ ਛੱਡਿਆ। ਜਦੋਂ 8-8 ਸਿੰਘਾਂ ਦਾ ਜਥਾ ਬਾਹਰੋਂ ਵਾਰੀ ਲੜਾਈ ਸ਼ਹੀਦੀ ਜਾਮ ਪੀ ਗਿਆ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਵੀ ਦਸਮੇਸ਼ ਪਿਤਾ ਜੀ ਕੋਲ ਆ ਕੇ ਆਗਿਆ ਮੰਗਣ ਲੱਗੇ, ਪਿਤਾ ਜੀ ਮੈਨੂੰ ਵੀ ਆਗਿਆ ਦਿਓ, ਅਤੇ ਕਹਿਣ ਲੱਗੇ ਨਾਨਕ ਜੀ ਤੂੰ ਜੀਤਾ ਨਾ ਜਾਊਗਾ, ਜੀਤਾ ਵੀ ਗਿਆ ਤੋ ਜੀਤਾ ਨਾ ਹੋਊਗਾ। ਇਹ ਗੱਲ ਸੁਣ ਕੇ ਪੋਤੀ ਪਿਤਾ ਦਸਮੇਸ਼ ਨੇ ਸਜਾਈ ਕਰਦੀ ਉੱਤੇ ਦਸਤਾ ਜੀਤਾ ਹੱਥੀ ਗਿਆ ਦਿੱਤੀ ਹੱਥ ਤਲਵਾਰ ਤੇ ਕੀਤਾ ਆਗਰੀ ਪਿਆਰ ਤੋਂ ਜੀ ਸਿੰਘ ਛੱਡਦਾ ਹੈ ਜਗਾਰੇ ਜਗ ਦੇ ਮੈਦਾਨ ਵਿੱਚ ਹੈ।
टीम नंबर 19 का वार गायन का जथा टीम नंबर 15 को बेनती है कि वह मंच से आके वार गायन की पेशकारी करे। इस मुकाबले की जजमेंट करने के लिए साढ़े को जो जज साहबान पहुँचे हैं उन्होंने सरदार हरदयाल सिंह जी थूही उन्होंने नाल सरदार कुलवंत सिंह जी खटड़ा तीसरे जज साढ़े कॉलेज के अंग्रेजी विभाग के सबका मुखी सरदार साधु सिंह जी
सामने वार पेश करने लई टीम हाजिर हो चुकी है। ये टीम नंबर 4 40 खालसा जी हो रही है चमकाउ की भयानक जंग। गुरु साहब ने पांच सिंह का जत्था बना के जंग के मलार मारू हो गया। बाबा अजीत सिंह मैदान जंग अंदर शहादत का जाम पी गए ने। फिर के वीर की शहीदी जोश है बाबा जुझार सिंह नूं उन्हें पहने पंजे शस्त्र हो के तैयार पर तैयार आने कांगी तर पिता के चरणों च किसे शहर का कथन है जल वीर शहीदी पा गया हो टोटा टोटा आ गया मगदा पिता तो उसका भाई छोटा मैं लावा एक एक बार ना सिर जोटा जोटा ढामा खान वजीर नूं जो बेटा मोटा बाबा जुझार सिंह जंग के मैदान अंदर जा ली दशमेश पिता तो आ गया है यूं मगदे ने ਵੱਡਾ
तुहाडे सामने जो टीम वार लेके आ रही है वो टीम है टीम नंबर 24। ਮੈਂ ਮਦਾਂ ਦੇ
ਇਹ ਸੀ ਟੀਮ ਨੰਬਰ 38 ਜੋ ਤੁਹਾਡੇ ਸਨਮੁਖ ਵਾਰ ਪੇਸ਼ ਕਰ ਰਹੀ ਸੀ। ਹੁਣ ਵਾਰੀ ਹੈ ਟੀਮ ਨੰਬਰ 31 ਦੀ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸਮੇਂ ਵਜ਼ੀਰ ਖਾਨ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿੱਚ ਅੱਖੀ ਦਰਾਣ ਦੇ ਢਾਬ ਤੇ ਪਹੁੰਚੀਆਂ, ਤਾਂ ਭਾਈ ਮਾਨ ਸਿੰਘ ਦੇ ਮੁੱਠੀ ਭਰ ਸਿੰਘਾਂ ਨੇ ਵਜ਼ੀਰ ਖਾਨ ਦੀਆਂ ਫੌਜਾਂ ਤੇ ਹੱਲਾ ਬੋਲ ਦਿੱਤਾ। ਫੌਜਾਂ ਮੈਦਾਨ ਛੱਡ ਕੇ ਭੱਜਣ ਲੱਗੀਆਂ, ਤਾਂ ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਰੋਕ ਦੁਬਾਰਾ ਹੱਲਾ ਕਰਨ ਵਾਸਤੇ ਕਿਹਾ। ਦੂਜੇ ਪਾਸੇ ਮਾਤਾ ਭਾਕਰ ਨੂੰ ਚੜਿਆ ਗੁੱਸਾ ਤੇ ਖੰਡਾ
ਇਹ ਸੀ ਵਾਰ ਗਾਇਨ ਮੁਕਾਬਲਾ ਜਿਸ ਵਿੱਚ ਵੱਖ ਵੱਖ ਕਾਲਜਾਂ ਦੀਆਂ 6 ਟੀਮਾਂ ਨੇ ਹਿੱਸਾ ਲਿਆ।